ਦੋਸਤੋ ਤੁਹਾਡਾ ਫਿਰ ਸਵਾਗਤ ਆ ਚਹਿਲ ਮੇਜ਼ ਟਰੈਵਲ 'ਤੇ। ਅੱਜ ਆਪਾਂ ਇੱਕ ਪੰਜੀਰੀ ਬਣਾਵਾਂਗੇ। ਪੰਜੀਰੀ ਦੇ ਵਿੱਚ ਕੀ ਪੈਂਦਾ ਉਹਦੇ ਬਾਰੇ ਤੁਹਾਨੂੰ ਸ਼ੇਅਰ ਕਰੋ। ਇਹ ਪੰਜੀਰੀ ਜੁਆਇੰਟ ਪੇਨ ਵਾਸਤੇ, ਜਨਰਲ ਹੈਲਥ ਵਾਸਤੇ ਬਹੁਤ ਵਧੀਆ। ਤੁਸੀਂ ਕਦੀ ਵੀ ਇਹਨੂੰ ਬਣਾ ਕੇ ਖਾ ਸਕਦੇ ਜੇ। ਫਿਰ ਆਓ ਆਪਾਂ ਮਿਲ ਕੇ ਪੰਜੀਰੀ ਬਣਾਉਂਦੇ ਹਾਂ। ਸਭ ਤੋਂ ਪਹਿਲਾਂ ਲੈਣਾ ਤੁਸੀਂ 200 ਗ੍ਰਾਮ ਚਨਾ ਲੈਣਾ ਅਤੇ ਇਹਨੂੰ ਤੁਸੀਂ ਡਰਾਈ ਰੋਸਟ ਕਰਨਾ। ਡਰਾਈ ਰੋਸਟ ਕਰਕੇ ਫਿਰ ਇਹਨੂੰ ਆਪਾਂ ਪੀਸ ਲੈਣਾ। ਇਸ ਤੋਂ ਅੱਗੇ ਲੈਣਾ ਆਪਾਂ 100 ਗ੍ਰਾਮ ਬਦਾਮ, ਇਹਨਾਂ ਨੂੰ ਆਪਾਂ ਡਰਾਈ ਰੋਸਟ ਕਰ ਲੈਣਾ। ਡਰਾਈ ਰੋਸਟ ਕਰਕੇ ਬਾਅਦ 'ਚ ਇਹਨੂੰ ਆਪਾਂ ਪੀਸ ਲੈਣਾ। ਜਦੋਂ ਇਹਦੀ ਕਰੈਕਿੰਗ ਦੀ ਆਵਾਜ਼ ਆਵੇ ਤਾਂ ਉਦੋਂ ਤੁਸੀਂ ਬੰਦ ਕਰਨਾ, ਥੋੜ੍ਹਾ ਇਹਦਾ ਜਿਹੜਾ ਮੋਇਸਚਰ ਉਹ ਖਤਮ ਹੋ ਜਾਏ। 100 ਗ੍ਰਾਮ ਤੁਸੀਂ ਬਦਾਮ ਲੈਣੇ ਵਧੀਆ ਕੁਆਲਿਟੀ ਦੇ, ਅਤੇ ਇਹਨੂੰ ਆਪਾਂ ਡਰਾਈ ਰੋਸਟ ਕਰ ਲੈਣਾ। ਫਿਰ ਲਾਵਾਂਗੇ ਆਪਾਂ 100 ਗ੍ਰਾਮ ਕੇਸ਼ਵ ਨਟ, ਇਹਨੂੰ ਵੀ ਆਪਾਂ ਡਰਾਈ ਰੋਸਟ ਕਰ ਲੈਣਾ। ਥੋੜ੍ਹਾ ਮੋਇਸਚਰ ਹੀ ਖਤਮ ਹੋ ਜਾਏ ਅਤੇ ਇਹਨੂੰ ਡਰਾਈ ਰੋਸਟ ਕਰਕੇ ਇਹਨੂੰ ਵੀ ਆਪਾਂ ਬਰੀਕ ਜਿਹੜਾ ਪੀਸ ਲੈਣਾ। 100 ਗ੍ਰਾਮ ਹੀ ਆਪਾਂ ਵਾਲਨਟ ਲੈਣਾ, ਇਹਨੂੰ ਵੀ ਆਪਾਂ ਡਰਾਈ ਰੋਸਟ ਕਰ ਲੈਣਾ ਤਾਂ ਜੋ ਕਿ ਇਹਦੀ ਮੋਇਸਚਰ ਜਿਹੜੀ ਖਤਮ ਹੋ ਜਾਏ, ਅਤੇ ਬਾਅਦ 'ਚ ਇਹਨੂੰ ਆਪਾਂ ਬਰੀਕ ਪੀਸ ਲੈਣਾ। ਅਗਲਾ ਕੰਸਟੀਚੂਐਂਟ ਹੈਗਾ ਇਹਦਾ ਪਿਸਤਾ, ਇਹ ਵੀ ਆਪਾਂ 100 ਗ੍ਰਾਮ ਲੈਣਾ ਅਤੇ ਇਹਨੂੰ ਵੀ ਆਪਾਂ ਡਰਾਈ ਰੋਸਟ ਕਰ ਲੈਣਾ ਤਾਂ ਜੋ ਕਿ ਇਹਦੀ ਮੋਇਸਚਰ ਖਤਮ ਹੋ ਜਾਏ, ਅਤੇ ਫਿਰ ਇਹਨੂੰ ਆਪਾਂ ਬਾਅਦ 'ਚ ਇਹਨੂੰ ਬਰੀਕ ਪੀਸ ਲੈਣਾ। ਪੀਸ ਕੇ ਛਾਣ ਵੀ ਸਕਦੇ ਇਹਨੂੰ। ਅੱਗੇ ਹੈ ਚਾਰੇ ਮਗਜ਼ ਲੈਣੇ ਆ, ਇਹ 200 ਗ੍ਰਾਮ ਦੇ ਕਰੀਬ ਲੈਣੇ ਆ, ਅਤੇ ਨਾਲ ਨਾਲ ਆਪਾਂ ਲੈਣੇ ਆ ਵਾਟਰਮੈਲਨ ਸੀਡ, ਇਹ 50 ਗ੍ਰਾਮ ਲੈਣਾ। ਇਹਨੂੰ ਵੀ ਆਪਾਂ ਡਰਾਈ ਰੋਸਟ ਕਰ ਲੈਣਾ ਤਾਂ ਜੋ ਕਿ ਇਹਦੀ ਮੋਇਸਚਰ ਜਿਹੜੀ ਖਤਮ ਹੋ ਜਾਏ, ਅਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਰੋਸਟ ਕਰ ਲੈਣਾ। ਜੋ ਕਰੈਕਿੰਗ ਸਾਊਂਡ ਆਵੇ ਉਦੋਂ ਬਾਅਦ ਇਹਨੂੰ ਬੰਦ ਕਰਕੇ ਫਿਰ ਇਹਨੂੰ ਆਪਾਂ ਠੰਡਾ ਕਰਕੇ ਪੀਸ ਲੈਣਾ। ਇਸ ਤੋਂ ਨੈਕਸਟ ਸਾਡਾ ਹੈਗਾ ਕੰਸਟੀਚੂਐਂਟ, ਉਹ ਹੈਗਾ ਮੂੰਗਫਲੀ ਪੀਨਟਸ ਲੈਣਾ। ਇਹ ਵੀ 100 ਗ੍ਰਾਮ ਲੈਣੀ ਹੈ, ਇਹਨੂੰ ਕੱਚੀ ਲੈਣੀ ਹੈ। ਕੱਚੀ ਜਿਹੜੀ ਹੈ ਉਹਨੂੰ ਆਪਾਂ ਡਰਾਈ ਰੋਸਟ ਕਰ ਲੈਣਾ। ਡਰਾਈ ਰੋਸਟ ਕਰਕੇ ਫਿਰ ਉਹਨੂੰ ਆਪਾਂ ਅੱਗੇ ਇਹਨੂੰ ਪੀਸ ਲੈਣਾ। ਜਿਹੜਾ ਪੰਜੀਰੀ ਦਾ ਹਿੱਸਾ ਬਣਨਾ ਉਹ ਮਿੱਠੀ ਸਰੰਜ 30 ਗ੍ਰਾਮ, ਅਕਰ ਕਰਾਨੀ 30 ਗ੍ਰਾਮ, ਸਫੇਦ ਮੁਸਲੀ 30 ਗ੍ਰਾਮ ਅਤੇ ਅਸ਼ਰਗੰਧਾ ਜਿਹੜਾ 30 ਗ੍ਰਾਮ ਲੈਣਾ। ਇਹਨੂੰ ਵੀ ਆਪਾਂ ਡਰਾਈ ਰੋਸਟ ਕਰ ਲੈਣਾ। ਡਰਾਈ ਰੋਸਟ ਕਰਕੇ ਫਿਰ ਉਹਨੂੰ ਆਪਾਂ ਠੰਡਾ ਕਰਕੇ ਇਹਨੂੰ ਪੀਸ ਲੈਣਾ। ਇਹ ਜਿਹੜੀਆਂ ਚਾਰ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਤੁਸੀਂ ਇਕੱਠੀਆਂ ਹੀ ਭੁੰਨ ਸਕਦੇ ਜੇ। ਥੋੜ੍ਹਾ ਇਹ ਹਰਬ ਟਾਈਪ ਹੁੰਦੀਆਂ, ਇਹਨਾਂ ਦੀ ਜਿਹੜੀ ਮੈਡੀਸਨਲ ਵੈਲਿਊ ਇਹਨਾਂ ਦੀ ਬਹੁਤ ਹੀ ਜ਼ਿਆਦਾ ਵਧੀਆ। ਸੋ ਇਹਨਾਂ ਨੂੰ ਤੁਸੀਂ ਡਰਾਈ ਰੋਸਟ ਕਰਕੇ ਫਿਰ ਇਹਨੂੰ ਆਪਾਂ ਪੀਸ ਲੈਣਾ। ਪੀਸ ਕੇ ਫਿਰ ਇਹਨੂੰ ਆਪਾਂ ਛਾਣ ਲੈਣਾ, ਕਿਉਂਕਿ ਇਹਦੇ 'ਚ ਥੋੜ੍ਹਾ ਮੋਟਾ ਕੇਰਾ ਕਾਣਾ ਆ ਜਾਂਦਾ। ਇਸ ਤੋਂ ਅੱਗੇ ਆਪਾਂ ਲੈਣੇ ਫਿਰ ਬਲੈਕ ਪੈਪਰ 20 ਗ੍ਰਾਮ ਅਤੇ ਚਰੰਜੀ ਸੀਡ ਲੈਣੇ 50 ਗ੍ਰਾਮ। ਇਹਨਾਂ ਨੂੰ ਆਪਾਂ ਡਰਾਈ ਰੋਸਟ ਹੀ ਕਰਨਾ। ਡਰਾਈ ਰੋਸਟ ਕਰਕੇ ਫਿਰ ਠੰਡਾ ਕਰਕੇ ਇਹਨੂੰ ਆਪਾਂ ਪੀਸ ਲੈਣਾ। ਇਹ ਸਾਰੇ ਆਪਾਂ ਜਿੰਨੇ ਵੀ ਆਪਾਂ ਇਹ 'ਚ ਜੋ ਵੀ ਆਪਾਂ ਇਹ 'ਚ ਪਾਉਣਾ ਸਾਰਾ ਨੂੰ ਡਰਾਈ ਰੋਸਟ ਕਰਕੇ ਅਤੇ ਫਿਰ ਇਹਨੂੰ ਆਪਾਂ ਪੀਸ ਲੈਣਾ। ਚੀਆ ਸੀਡ ਲੈਣਾ, ਇਹ ਵੀ ਆਪਾਂ 50 ਗ੍ਰਾਮ ਲੈਣਾ। ਇਹਨੂੰ ਡਰਾਈ ਰੋਸਟ ਕਰਕੇ ਅਤੇ ਫਿਰ ਇਹਨੂੰ ਆਪਾਂ ਬਰੀਕ ਜਿਹੜਾ ਮਿਕਸੀ ਵਿੱਚ ਪੀਸ ਕੇ ਇਹਨੂੰ ਵੀ ਆਪਾਂ ਛਾਣ ਲੈਣਾ। ਫਿਰ ਆਪਾਂ ਛੋਟੀ ਇਲਾਇਚੀ ਲੈਣੀ 20 ਗ੍ਰਾਮ ਅਤੇ ਨਾਲ ਲੈਣੀ ਸੌਂਫ 20 ਗ੍ਰਾਮ, ਇਹਨੂੰ ਵੀ ਡਰਾਈ ਰੋਸਟ ਆਪਾਂ ਕਰ ਲੈਣਾ। ਫਿਰ ਮਿਸ਼ਰੀ ਲੈਣੀ ਧਾਗੇ ਵਾਲੀ, ਇਹ ਵੀ 100 ਗ੍ਰਾਮ ਇਹਦੇ ਨਾਲ ਹੀ ਆਪਾਂ ਪੀਸ ਲੈਣੀ ਹੈ। ਉਸ ਤੋਂ ਬਾਅਦ ਇਹਦੇ 'ਚ ਆਪਾਂ ਇਹਨੂੰ ਸਾਰੇ ਨੂੰ ਪੀਸ ਕੇ ਛਾਣ ਲੈਣਾ ਅਤੇ ਉਸ ਤੋਂ ਬਾਅਦ ਇਹ 'ਚ ਆਪਾਂ ਇੱਕ ਚੀਜ਼ ਹੋਰ ਐਡ ਕਰਨੀ ਹੈ, ਈਸਾਬਗੋਲ। ਈਸਾਬਗੋਲ ਆਪਾਂ 100 ਗ੍ਰਾਮ ਵਿੱਚ ਐਡ ਕਰ ਲੈਣਾ। ਇਸ ਦੀ ਵਰਤੋਂ ਆਪਾਂ ਦੋ ਤਰੀਕੇ ਨਾਲ ਕਰ ਸਕਦੇ ਹਾਂ, ਜਾਂ ਤਾਂ ਇਹਨੂੰ ਆਪਾਂ ਐਜ ਏ ਪਾਊਡਰ ਲੈ ਸਕਦੇ ਹਾਂ। ਇਹਨੂੰ ਪਾਊਡਰ ਲੈਣਾ ਤੁਸੀਂ 2 ਟੀਸਪੂਨ ਲੈ ਕੇ ਅਤੇ ਉਹ ਤੁਸੀਂ ਸਵੇਰੇ ਦੁੱਧ ਨਾਲ ਖਾ ਸਕਦੇ। ਜੇ ਤੁਸੀਂ ਬਣਾਉਣਾ ਪਿੰਨੀਆਂ ਤਾਂ ਫਿਰ ਦੇਸੀ ਘਿਓ ਪਾ ਲਓ ਲੋੜ ਮੁਤਾਬਕ। ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਹਨਾਂ ਘਿਓ ਪਾਉਣਾ ਜਿਹਦੇ ਨਾਲ ਆਸਾਨੀ ਨਾਲ ਇਹਦੀ ਪਿੰਨੀ ਵੱਟੀ ਜਾਵੇ। ਇਹਦੀ ਪਿੰਨੀ ਆਪਾਂ ਆਮ 30 ਗ੍ਰਾਮ ਦੀ ਆਪਾਂ ਜਾਂ 20 ਗ੍ਰਾਮ ਦੀ ਬਣਾਉਣੀ ਹੈ ਤਾਂ ਜੋ ਕਿ ਉਹ ਅੱਧੀ ਪਿੰਨੀ ਆਪਾਂ ਸਵੇਰੇ ਖਾ ਸਕੀਏ। ਸਵੇਰੇ ਅੱਧੀ ਪਿੰਨੀ ਲੈਣੀ ਹੈ। ਇਹ ਜੁਆਇੰਟ ਪੇਨ ਅਤੇ ਜਨਰਲ ਹੈਲਥ ਵਾਸਤੇ ਬਹੁਤ ਵਧੀਆ ਪੰਜੀਰੀ ਆ। ਤੁਸੀਂ ਇਹਨੂੰ ਜ਼ਰੂਰ ਯੂਜ਼ ਕਰਿਓ, ਬਣਾ ਕੇ ਦੇਖਿਓ। ਚੀਜ਼ਾਂ ਜਿਹੜੀਆਂ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦੀਆਂ ਆਰਾਮ ਨਾਲ, ਅਤੇ ਉੱਥੋਂ ਲੈ ਕੇ ਤੁਸੀਂ ਇਹਨਾਂ ਨੂੰ ਫਿਰ ਜਿੰਨੀ ਵਿਧੀ ਤੁਹਾਨੂੰ ਦੱਸੀ ਆ ਇਸ ਵਿਧੀ ਮੁਤਾਬਕ ਬਣਾ ਕੇ ਇਹਨੂੰ ਪਹਿਲਾਂ ਡਰਾਈ ਰੋਸਟ ਕਰ ਲੈਣੇ, ਜਿੰਨੇ ਆਪਾਂ ਕੰਸਟੀਚੂਐਂਟ ਜਿਹੜੇ ਜਿਨ੍ਹਾਂ ਵਿੱਚ ਆਪਾਂ ਯੂਜ਼ ਕੀਤਾ, ਫਿਰ ਉਹਨਾਂ ਨੂੰ ਰੋਸਟ ਕਰਕੇ ਪੀਸ ਲੈਣਾ, ਛਾਣ ਲੈਣਾ। ਫਿਰ ਉਹਨੂੰ ਜਾਂ ਐਜ਼ ਏ ਪਾਊਡਰ ਯੂਜ਼ ਕਰੋ ਜਾਂ ਤੁਸੀਂ ਵਿੱਚ ਘਿਓ ਪਾ ਕੇ ਪਿੰਨੀਆਂ ਬਣਾ ਲਓ। ਦੋਸਤੋ ਉਮੀਦ ਕਰਦਾ ਕਿ ਜਿਹੜੀ ਤੁਹਾਨੂੰ ਅੱਜ ਦੀ ਇਹ ਰੈਸਪੀ ਹੈ ਪਸੰਦ ਆਊ। ਜੇ ਪਸੰਦ ਆਈ ਤਾਂ ਮੇਰੀ ਯੂਟਿਊਬ ਚੈਨਲ ਚਹਿਲ ਮੇਜ਼ ਟਰੈਵਲ ਨੂੰ ਜ਼ਰੂਰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ। ਫਿਰ ਆ ਜਾਣੂ ਕਿਸੇ ਨਵੇਂ ਟੌਪਿਕ 'ਤੇ। ਤਦ ਤੱਕ ਲਈ ਟੇਕ ਕੇਅਰ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਟੇਕ ਕੇਅਰ, ਰੱਬ ਰਾਖਾ।